ਤੁਹਾਨੂੰ ਗੱਲ ਕਰਾਂਗੇ ਨਸ਼ਿਆਂ ਦੇ ਕਹਿਰ ਦੀ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਕਰਕ ਕਰਦਾ ਜਾ ਰਿਹਾ ਹੈ। ਕਪੂਰਥਲਾ ਤੋਂ ਖਬਰ ਸਾਹਮਣੇ ਆਈ, ਤਸਵੀਰਾਂ ਸੀ ਤੁਹਾਨੂੰ ਦਿਖਾਵਾਂਗੇ, ਪੂਰੀ ਰਿਪੋਰਟ ਪੇਸ਼ ਕਰਾਂਗੇ ਕਿ ਕਿਸ ਕਦਰ ਨਸ਼ੇ ਦੇ ਵਿੱਚ ਬੇਸੁੱਧ ਪੰਜਾਬ ਦੀ ਇੱਕ ਧੀ ਦੀ ਵੀਡੀਓ ਨੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਭਾਵੇਂ ਵੀਡੀਓ ਸਾਹਮਣੇ ਆਇਆ, ਉਸ ਤੋਂ ਬਾਅਦ ਹਰਕਤ ਦੇ ਵਿੱਚ ਪ੍ਰਸ਼ਾਸਨ ਵੀ ਆਇਆ ਤੇ ਪ੍ਰਸ਼ਾਸਨ ਨੇ ਧੀ ਨੂੰ ਨਸ਼ਾ ਛੁਡਾਓ ਕੇਂਦਰ ਭੇਜਿਆ। ਲੇਕਿਨ ਤਸਵੀਰ ਕਾਫੀ ਹੈਰਾਨ ਕਰ ਦੇਣ ਵਾਲੀ ਹੈ ਤੇ ਚੌਂਕਾ ਦੇਣ ਵਾਲੀ ਵੀ। ਨਸ਼ੇ ਨੂੰ ਲੈ ਕੇ ਉੜਦਾ ਪੰਜਾਬ ਦਾ ਕਲੰਕ ਲਾਉਣ ਦੇ ਲਈ ਸਮੇਂ ਦੀਆਂ ਸਰਕਾਰਾਂ ਨੇ ਤਮਾਮ ਦਾਅਵੇ ਅਤੇ ਵਾਅਦੇ ਕੀਤੇ, ਪਰ ਰੋਜ਼ਮਰਾ ਦੀਆਂ ਅਜਿਹੀਆਂ ਤਸਵੀਰਾਂ ਉਹ ਦਾਅਵੇ ਅਤੇ ਵਾਅਦੇ ਖੋਖਲੇ ਸਾਬਿਤ ਕਰ ਰਹੀਆਂ ਨੇ। ਇਹ ਤਸਵੀਰਾਂ ਕਪੂਰਥਲਾ ਦੀਆਂ ਨੇ ਅਤੇ ਨਸ਼ੇ ਵਿੱਚ ਬੇਸੁੱਧ ਕੁੜੀ ਦੀ ਇਹ ਵੀਡੀਓ ਸਰਕਾਰਾਂ ਦੇ ਨਾਂ ਨਾਲ ਗਵਾਹੀ ਦੇ ਰਹੀਆਂ ਨੇ ਕਿ ਪੰਜਾਬ ਦੀਆਂ ਧੀਆਂ ਵੀ ਹੁਣ ਇਸ ਦਲਦਲ ਦੇ ਵਿੱਚ ਜਕੜਦੀਆਂ ਜਾ ਰਹੀਆਂ ਨੇ। ਬੇਸੁੱਧ ਹਾਲਤ ਵਿੱਚ ਪੀੜਤ ਕੁੜੀ ਦਾ ਇਲਜ਼ਾਮ ਹੈ ਕਿ ਉਸਦੇ ਦੋਸਤਾਂ ਨੇ ਉਸ ਨੂੰ ਨਸ਼ੇ 'ਚ ਲਾਇਆ ਅਤੇ ਉਹ 3 ਸਾਲਾਂ ਤੋਂ ਇਸ ਦਲਦਲ ਦੇ ਵਿੱਚ ਫਸੀ ਹੋਈ ਹੈ। ਕਿਹਨੇ ਲਾਇਆ ਤੈਨੂੰ ਨਸ਼ਾ? ਪਤਾ ਨਹੀਂ, ਯਾਰਾ ਦੋਸਤਾਂ। ਯਾਰ ਦੋਸਤ ਕੁੜੀਆਂ ਨੇ ਕਿ ਮੁੰਡਿਆਂ ਨੇ? ਕੁੜੀਆਂ ਨੇ। ਕਿਸੇ ਦਾ ਨਾਮ ਦੱਸੂਗੀ? ਮੈਨੂੰ ਨਾਂ ਨਹੀਂ ਪਤਾ ਜੀ। ਤੇ ਹੁਣ ਕਿਹਕੋ ਨਸ਼ਾ ਲੈ ਕੇ ਆਨੀ ਆ? ਪਤਾ ਨਹੀਂ ਕਿਹਕੋ, ਇੱਧਰ ਮਿਲ ਜਾਂਦਾ ਹੈ। ਕਿਹਕੋ ਮਿਲ ਜਾਂਦਾ? ਮੇਰਾ ਪੁੱਤ ਦੱਸ ਦੇ ਸਹੀ। ਇਹ ਮੁੰਡੇ ਖੜੇ ਹੁੰਦੇ ਆ ਰਸਤੇ 'ਚ, ਬਿੱਟਾ ਲੈ ਕੇ ਜਿੱਥੋਂ ਮਰਜ਼ੀ ਲੈ ਲਈਦਾ ਹੈ। ਮਤਾਬਗੜ ਚੋਂ? ਹਾਂ, ਮਤਾਬਗੜ ਚੋਂ ਜਿੱਥੋਂ ਮਰਜ਼ੀ। ਕਿਸੇ ਦਾ ਨਾਮ ਤੇ ਹੋਣਾ ਵਾ ਜਿਹੜਾ ਜਿੱਕੋ ਤੂੰ ਨਸ਼ਾ ਲੈਨੀ ਆ? ਮੈਨੂੰ ਨਾਂ ਨਹੀਂ ਪਤਾ ਉਹਨਾਂ ਦੇ। ਹੁਣ ਜਾਓ, ਮਿੰਤਾ ਜਾਓ। ਹਾਲਾਂਕਿ ਨਸ਼ੇ ਦੀ ਹਾਲਤ ਦੇ ਵਿੱਚ ਇਹ ਪੰਜਾਬ ਦੀ ਧੀ ਇਹ ਇਸ਼ਾਰਾ ਕਰ ਰਹੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਧੜੱਲੇ ਦੇ ਨਾਲ ਵਿਕ ਰਿਹਾ ਹੈ, ਪਰ ਕਾਰਵਾਈ ਕੋਈ ਨਹੀਂ ਹੋ ਰਹੀ। ਉਹਦੇ ਵਿੱਚ ਜਿਹੜੀ ਲੜਕੀ ਆ ਉਹਨੂੰ ਅਸੀਂ ਟ੍ਰੇਸ ਕਰ ਲਿਆ, ਉਹਨੂੰ ਟ੍ਰੇਸ ਕਰਕੇ ਅਸੀਂ ਉਹਨੂੰ ਹਸਪੀਟਲ ਵਿੱਚ ਐਡਮਿਟ ਕਰਵਾਇਆ। ਇਹਦੀ ਜਿਹੜੀ ਹਿਸਟਰੀ ਸਾਨੂੰ ਪਤਾ ਲੱਗੀ ਆ, ਇਹ ਪਹਿਲਾਂ ਵੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਰਹੀ ਆ। ਇਹ 4 ਤਰੀਕ ਨੂੰ ਐਡਮਿਟ ਹੋਈ ਹੈ, 5 ਤਰੀਕ ਨੂੰ ਆਪਣੇ ਆਪ ਚਲੇ ਗਈ ਆ। ਅੱਜ ਅਸੀਂ ਪੁਲਿਸ ਦੀ ਮਦਦ ਦੇ ਨਾਲ ਇਹਨੂੰ ਦੁਬਾਰਾ ਸਿਵਲ ਹਸਪੀਟਲ ਵਿੱਚ ਐਡਮਿਸ਼ਨ ਸੈਂਟਰ ਦੇ ਵਿੱਚ ਦਾਖਲ ਕਰਵਾਇਆ। ਅੱਗੇ ਦਾ ਫਰਦਰ ਮੈਡੀਕਲ ਚੈੱਕਅਪ ਹੋ ਰਿਹਾ ਹੈ, ਮੈਡੀਕਲ ਟ੍ਰੀਟਮੈਂਟ ਇਹਦਾ ਕਰਵਾ ਰਹੇ ਹਾਂ। ਬਹਿਰਹਾਲ ਆਏ ਦਿਨ ਵੱਖ ਵੱਖ ਥਾਵਾਂ ਤੋਂ ਦਿਲ ਦਹਿਲਾਉਣ ਵਾਲੀਆਂ ਇਹ ਤਸਵੀਰਾਂ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਮੂੰਹ ਤੇ ਉਹ ਚਪੇੜ ਹੈ ਜੋ ਕਹਿੰਦੇ ਨੇ ਕਿ ਨਸ਼ਾ ਜੜ ਤੋਂ ਖਤਮ ਹੁੰਦਾ ਜਾ ਰਿਹਾ ਹੈ, ਅਤੇ ਸਾਫ਼ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ 6ਵਾਂ ਦਰਿਆ ਦਾ ਬੰਨ ਵੀ ਖੁੱਲ ਗਿਆ ਹੈ। ਪਰ ਸਵਾਲ ਇਹ ਹੈ ਕਿ ਇੰਜ ਹੋਵੇਗਾ ਰੰਗਲਾ ਪੰਜਾਬ? ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ, ਜ਼ੀ ਮੀਡੀਆ।